ਅਵਾਮ ਦਾ ਰਵੱਈਆ ਕੈਸਾ ਹੁੰਦਾ ਜੀ? ਘੰਟਾ ਘੰਟਾ ਖੁਲਾਏ ਰੱਖ ਸਕਣ, ਠੀਕ ਹੈ ਜੀ, ਉਸਨੇ ਬਾਅਦ ਦੀ ਬੇਇੱਜ਼ਤੀ ਕਰਕੇ ਗਾਲਾਂ ਕੱਢ ਕੇ ਕਿਹੜਾ ਬੰਦਾ ਚਾਹੁੰਦਾ ਹੈ ਕਿ ਅਸਾਂ ਜੁੱਤੀਆਂ ਪਾ ਲੈ? ਸਲਾਮ ਅਲੈਕੁਮ। ਵਾਲੇਕੁਮ ਭਾਈ ਜਾਨ, ਕਿਤਨੇ ਸਾਲ ਤੋਂ ਕੰਮ ਕਰ ਰਹੇ ਹੋ ਪਾਲਿਸ਼ਾ ਦਾ? ਮਾਸ਼ਾ ਅੱਲਾਹ 6-7 ਸਾਲ ਹੋ। ਪੜ੍ਹਿਆ ਲਿਖਿਆ ਨਹੀਂ ਹੈ? ਕਿਉਂ? ਦਿਹਾੜੀ ਛੜੀ ਨਿਕਲ ਆਉਂਦੀ ਹੈ ਬਸ, ਕਦੇ ਲੱਗਦੀ ਹੈ ਤੇ ਕਦੇ ਨਹੀਂ ਲੱਗਦੀ। ਕਿਤਨੇ ਦੀ ਲੱਗ ਜਾਂਦੀ? ਲੱਗ ਜਾਂਦੀ ਹੈ ਕਦੇ ਕਦੇ 1000 ਖਾਨ ਦੀ ਵੀ ਲੱਗ ਜਾਂਦੀ ਹੈ, ਕਦੇ 400-500 ਨਸੀਬ ਦਾ ਲੰਗਰ ਪਾਣੀ। ਅੱਛਾ, 5-6 ਸਾਲ ਤੋਂ ਕੰਮ ਕਰ ਰਹੇ ਹੋ, ਆਵਾਮ ਦਾ ਰਵੱਈਆ ਕੈਸਾ ਹੁੰਦਾ ਜਿਹੜਾ ਤੁਸੀਂ ਜਾਂਦੇ ਹੋ ਨਾ ਕੋਲ ਕੰਮ, ਜਿੱਦਾਂ ਮੇਰੇ ਕੋਲ ਤੁਸੀਂ ਆਇਓ ਜੁੱਤੀ ਪਾਲਿਸ਼ ਕਰਾ ਲਓ, ਜਾਂਦੇ ਹੋ ਕਿਹੋ ਜਿਹਾ ਆਵਾਮ ਦਾ ਰਵੱਈਆ ਹੁੰਦਾ? ਆਵਾਮ ਲਾਲਾ ਜੀ, ਅੱਜ ਕੱਲ੍ਹ ਦੀ ਆਵਾਮ ਗਰੀਬ ਆਵਾਮ, ਕਈ ਵਾਰ ਬੰਦਾ ਪੁੱਛ ਲੈਂਦਾ ਜਾਂ ਉਸ ਵੀ ਜਵਾਬ ਦੇ ਦਿਓ, ਨਹੀਂ ਜੀ ਘੰਟਾ ਘੰਟਾ ਖੁਲਾਏ ਰੱਖ ਸਕਣ, ਠੀਕ ਹੈ ਜੀ, ਉਸਨੇ ਬਾਅਦ 'ਚ ਬੇਇੱਜ਼ਤੀ ਕਰਕੇ ਗਾਲਾਂ ਕੱਢ ਕੇ। ਅੱਛਾ, ਘਰ ਵਿੱਚ ਕਿਤਨੇ ਕੋ ਫਰਦ ਹਨ, ਭੈਣ ਭਰਾ ਮਾਂ? ਮੇਰੇ ਮਾਸ਼ਾਅੱਲਾ ਨਾਲ 4 ਭੈਣ ਭਾਈ। ਤੁਸੀਂ ਸਭ ਤੋਂ ਵੱਡੇ ਹੋ ਤੇ ਉਹਨਾਂ ਦੀ ਕਫਾਲਤ ਤੁਹਾਡੇ ਤੇ ਮੈਂ ਦੱਸ, ਕਿਸ ਤਰ੍ਹਾਂ ਕੋ ਗੁਜ਼ਾਰਾ ਹੋ ਜਾਂਦਾ? ਬਸ ਮੌਲਾ ਦੇ ਰਿਹਾ, ਨੌਕਰੀ ਵੀ ਕਰਦੇ ਆ, ਕੋਈ ਇਹ ਵੀ ਕੰਮ ਕਰੀਦਾ, ਜਿੰਨੇ ਇਹ ਕਰੀਦਾ ਠੀਕ ਹੈ, ਰਾਤੀ ਤੱਕ ਜੋ ਕੁਝ ਚਾਹੀਦਾ ਕਾਰਡ ਆ। ਮੈਂ ਪੜ੍ਹਿਆ ਲਿਆ, ਕੋਈ ਸ਼ੌਕ ਨਹੀਂ ਸੀ ਜਾਂ ਘਰ ਹੈ ਤੇ ਸਾਈਲ ਨਹੀਂ ਸੀ? ਬਸ ਰੋਜ਼ਗਾਰ ਦਾ ਮਸਲਾ ਜ਼ਿਆਦਾ ਸੀ। ਅੱਗੇ ਕੀ ਕੋ ਪਲਾਨ ਹੈ? ਕਿ ਅੱਲਾਹ ਤਾਲਾ ਕੋਈ ਬਰਕਤ ਦੇ, ਕਾਰੋਬਾਰ ਕੋਈ ਹੋਰ ਖੁੱਲੀ ਹੋਈ ਹੈ ਯੂ ਚਲਾਈ ਜਾਣਾ? ਲਾਲਾ ਜੀ, ਸੋਚ ਤਾਂ ਬੜੀ ਹੈ, ਕਿਹੜਾ ਬੰਦਾ ਚਾਹੁੰਦਾ ਹੈ ਕਿ ਅਸਾਂ ਜੁੱਤੀਆਂ ਪਾ ਲੈ? ਉਮਰ ਤੇ ਕੋਈ ਨਹੀਂ ਚਾਹੁੰਦੀ ਜਿਹੜੇ ਜੁੱਤੀਆਂ ਵਾਲੇ ਪੁੱਛੇ। ਕਿਤਨੀ ਉਮਰ? ਮੇਰੀ ਯਾਦ ਦਾ ਮੈਂ ਸ਼ੁਕਰ ਹੈ 32 ਸਾਲ। 32 ਸਾਲ ਯਾਰ, 32 ਸਾਲ ਉਮਰ ਹੈ ਯਾਰ, ਨਹੀਂ ਲੱਗਦੀ ਮੇਰੇ ਜਿਤਨਾ ਲੱਗਦੇ ਮੇਰੇ ਲਾਲੇ, ਮਾਸ਼ਾਅੱਲਾ ਨਾਲ ਦੋ ਬੱਚੇ ਹੈ। 32 ਸਾਲ ਉਮਰ ਹੈ, ਮੈਂ ਤਾਂ ਰਾੜ ਹੋ ਗਿਆ ਕਸਮ। ਲਾਲਾ ਜੀ, ਤੁਹਾਡੇ ਕਾਰੋਬਾਰ ਵਿੱਚ ਬਰਕਤ ਹੈ, ਸਾਡੀ ਤਾਂ ਇਹੀ ਦੁਆ ਹੈ। ਮਿਹਰਬਾਨੀ, ਸ਼ੁਕਰੀਆ ਟਾਈਮ ਦੇਣਾ।